ਆਪ ਸਰਕਾਰ ਵੀ ਕਹਿੰਦੀ ਹੈ ਸਾਡੇ ਕੋਲੇ ਟਾਈਮ ਨਹੀਂ ਤਾਂ ਟਾਈਮ ਕਿੰਨਾ ਲੋਕਾਂ ਲਈ ਆ ਸਾਮਰਾਜੀਆਂ ਲਈ ਜਿਹੜੇ ਨੀਤੀਆਂ ਘਾੜੇ ਕਰਦੇ ਹੈਗੇ ਉਹਨਾਂ ਦੀਆਂ ਨੀਤੀਆਂ ਨੂੰ ਲਾਗੂ ਨਹੀਂ ਚਲਦੀ 31 ਰੁਪਏ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਈ ਰਜੇ ਵੇਖਦੇ ਬਣ ਜਾਂਦੇ ਕਿ ਆਪਾਂ ਤੋਂ ਆਪ ਨੂੰ ਮਿਲੇ ਨਾ ਪਰ ਆ ਥੋੜੀ 14 ਵਾਲੀ ਮੀਟਿੰਗ ਹੈ ਮੇਰੇ ਖਿਆਲ ਹਨਾ 14-12 ਨੂੰ 14-12 ਨੂੰ ਮਹੀਨਾ ਪਿਆ 14-12 ਪ੍ਰਤਾਰਾ ਜਿਹੜਾ ਉਹ 6 ਮੀਟਿੰਗਾਂ ਲਗਾਤਾਰ ਸਾਡੇ ਨਾਲ ਲਿਖਤੀ ਰੂਪ ਦੇ ਵਿੱਚ ਸਰਕਾਰ ਪਰ ਬੈਠੀ ਨਹੀਂ ਗਈ ਜਦੋਂ ਜਾਣਦੇ ਆ ਚੰਡੀਗੜ੍ਹ 25-25 ਹਜ਼ਾਰ ਰੁਪਈਆ ਲਾ ਕੇ ਉੱਥੇ ਸਰਕਾਰ ਕਹਿੰਦੀ ਹੈ ਸਾਡੇ ਕੋਲੇ ਟਾਈਮ ਨਹੀਂ ਅੱਜ ਵੀ ਅਸੀਂ ਜਦੋਂ ਮੰਗ ਪੱਤਰ ਦਿੱਤਾ ਹੈਗਾ ਤਾਂ ਉਹਨਾਂ ਦੇ ਯਾਨੀ ਜਿਹੜੇ ਕਾਰਜਕਰਤਾ ਬੰਦੇ ਹੈਗੇ ਚਾਹੇ ਮਾਸਟਰ ਜਗਜੀਤ ਸਿੰਘ ਦੇ ਬ੍ਰਦਰ ਆ ਉਹਨਾਂ ਨੇ ਮੰਗ ਪੱਤਰ ਲੈਂਦੇ ਸਰ ਕਿਹਾ ਸਰਕਾਰ ਕੋਲੇ ਟਾਈਮ ਨਹੀਂ ਜਦੋਂ ਥੱਲੇ ਵਾਲੇ ਅਧਿਕਾਰੀ ਵੀ ਇਹ ਕਹਿੰਦੇ ਨੇ ਅੱਜ ਤੇ ਪੰਜਾਬ ਸਰਕਾਰ ਵੀ ਕਹਿੰਦੀ ਹੈ ਸਾਡੇ ਕੋਲੇ ਟਾਈਮ ਨਹੀਂ ਤਾਂ ਟਾਈਮ ਕਿੰਨਾ ਲੋਕਾਂ ਲਈ ਆ ਸਾਮਰਾਜੀਆਂ ਲਈ ਜਿਹੜੇ ਜਿਹੜਾ ਸਾਡਾ ਅੱਜ ਦਾ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਵਿਧਾਇਕਾਂ ਦੇ 12 ਮੂਹਰੇ ਅਰਥੀ ਫੂਕ ਮੁਜ਼ਾਹਰੇ ਕਰਨ ਦਾ ਸੀਗਾ ਸੋ ਇਹ ਰੋਸ ਵਜੋਂ ਆ ਗਈ ਕਿਉਂਕਿ ਪੰਜਾਬ ਸਰਕਾਰ ਜਿੱਥੇ ਲੋਕਾਂ ਨਾਲ ਵੱਡੀ ਪੱਧਰ ਤੇ ਵਾਅਦੇ ਕਰਕੇ ਆਈ ਸੀ ਉੱਥੇ ਠੇਕਾ ਮੁਲਾਜ਼ਮਾਂ ਨਾਲ ਵੀ ਵਾਅਦੇ ਕੀਤੇ ਸੀ ਪੰਜਾਬ ਸਰਕਾਰ ਨੇ ਵੀ ਅਸੀਂ ਜਦੋਂ ਕੁਰਸੀ ਤੇ ਬੈਠਣ ਸਾਰ ਜਿਹੜੇ ਆਊਟਸੋਰਸਡ ਮੁਲਾਜ਼ਮਾਂ ਇਹਨਾਂ ਨੂੰ ਵਿਭਾਗ 'ਚ ਲਿਆ ਕੇ ਰੈਗੂਲਰ ਕਰਾਂਗੇ ਪਰ ਇੱਥੇ ਅਸੀਂ ਯਾਦ ਪੱਤਰ ਵੀ ਦਿੱਤੇ ਮੰਗ ਪੱਤਰ ਵੀ ਦਿੱਤੇ ਤੇ ਧਰਨੇ ਮੁਜ਼ਾਹਰੇ ਵੀ ਕੀਤੇ ਪਰ ਪੰਜਾਬ ਸਰਕਾਰ ਹੁਣ ਮਜ਼ਾਕ ਕਰਨ ਤੇ ਲੱਗੀ ਹੋਈ ਆ ਜਦੋਂ ਧਰਨਾ ਲਾਉਣ ਜਾਂਦੇ ਆ ਚਾਹੇ ਸੰਗਰੂਰ ਹੋਵੇ ਚਾਹੇ ਧੂਰੀ ਹੋਵੇ ਸਰਕਾਰ ਇੱਕ ਮੀਟਿੰਗ ਦਾ ਲੈਟਰ ਲਿਆ ਕੇ ਫੜਾਉਂਦੀ ਹੈ ਡੀਸੀ ਸਾਹਿਬ ਦੇ ਸਾਈਨ ਕਰਵਾ ਕੇ ਵੀ ਡੀਸੀ ਸਾਹਿਬ ਨੇ ਤੁਹਾਡੀ ਮੀਟਿੰਗ ਫਿਕਸ ਕਰਾਤੀ ਫਲਾਨੀ ਤਰੀਕ ਨੂੰ ਜਾਇਓ ਤੁਸੀਂ ਉਹ ਪੂਰਾ ਵਰਤਾਰਾ ਜਿਹੜਾ ਉਹ 6 ਮੀਟਿੰਗਾਂ ਲਗਾਤਾਰ ਸਾਡੇ ਨਾਲ ਲਿਖਤੀ ਰੂਪ ਦੇ ਵਿੱਚ ਸਰਕਾਰ ਪਰ ਬੈਠੀ ਨਹੀਂ ਗਈ ਜਦੋਂ ਜਾਂਦੇ ਆ ਚੰਡੀਗੜ੍ਹ 25-25 ਹਜ਼ਾਰ ਰੁਪਈਆ ਲਾ ਕੇ ਉੱਥੇ ਸਰਕਾਰ ਕਹਿੰਦੀ ਹੈ ਸਾਡੇ ਕੋਲੇ ਟਾਈਮ ਨਹੀਂ ਅੱਜ ਵੀ ਅਸੀਂ ਜਦੋਂ ਮੰਗ ਪੱਤਰ ਦਿੱਤਾ ਹੈਗਾ ਤਾਂ ਉਹਨਾਂ ਦੇ ਯਾਨੀ ਜਿਹੜੇ ਕਾਰਜਕਰਤਾ ਬੰਦੇ ਹੈਗੇ ਚਾਹੇ ਮਾਸਟਰ ਜਗਜੀਤ ਸਿੰਘ ਦੇ ਬ੍ਰਦਰ ਆ ਉਹਨਾਂ ਨੇ ਮੰਗ ਪੱਤਰ ਲੈਂਦੇ ਸਰ ਕਿਹਾ ਸਰਕਾਰ ਕੋਲੇ ਟਾਈਮ ਨਹੀਂ ਜਦੋਂ ਥੱਲੇ ਵਾਲੇ ਅਧਿਕਾਰੀ ਵੀ ਇਹ ਕਹਿੰਦੇ ਨੇ ਅੱਜ ਤੇ ਪੰਜਾਬ ਸਰਕਾਰ ਵੀ ਕਹਿੰਦੀ ਹੈ ਸਾਡੇ ਕੋਲੇ ਟਾਈਮ ਨਹੀਂ ਤਾਂ ਟਾਈਮ ਕਿੰਨਾ ਲੋਕਾਂ ਲਈ ਆ ਸਾਮਰਾਜੀਆਂ ਲਈ ਜਿਹੜੇ ਨੀਤੀਆਂ ਘਾੜੇ ਕਰਦੇ ਹੈਗੇ ਉਹਨਾਂ ਦੀਆਂ ਨੀਤੀਆਂ ਨੂੰ ਲਾਗੂ ਕਰਦੀਆਂ ਉਹਨਾਂ ਲਈ ਤਾਂ ਸਰਕਾਰ ਕੋਲੇ ਟਾਈਮ ਹੈਗਾ ਗਾ ਗੁਜਰਾਤ ਜਾਣ ਵਾਸਤੇ ਵੋਟਾਂ ਮੰਗਣ ਵਾਸਤੇ ਟਾਈਮ ਹੈਗਾ ਸਰਕਾਰ ਦਾ ਪਰ ਜਿਹੜੇ ਇੱਥੇ ਰੁਲ ਰਹੇ ਮੁਲਾਜ਼ਮਾਂ ਕੱਚੇ ਮੁਲਾਜ਼ਮਾਂ ਜਿਹੜੇ ਕਹਿੰਦੇ ਨੇ ਸਾਡੀਆਂ ਤਨਖਾਹਾਂ 'ਚ ਵਾਧਾ ਕਰ ਦਿਓ ਘੱਟੋ ਘੱਟ 25 ਹਜ਼ਾਰ ਤਨਖਾਹ ਕਰ ਦਿਓ ਗਰੰਟੀ ਕਰ ਦਿਓ ਨੌਕਰੀ ਦੀ ਅਸੀਂ ਖੁਸ਼ ਹਾਂ ਨਾ ਸਰਕਾਰ ਇਹ ਕਰਦੀ ਹੈ ਨਾ ਰੈਗੂਲਰ ਕਰਦੀ ਹੈ ਸਰਕਾਰ ਯਾਨੀ ਸਰਕਾਰ ਆਪਣੇ ਵਾਅਦਿਆਂ ਤੋਂ ਆਪ ਭੱਜ ਰਹੀ ਆ ਮੀਟਿੰਗਾਂ ਤੋਂ ਵੀ ਭੱਜਦੀ ਆ ਆਪਣੇ ਕੀਤੇ ਹੋਏ ਵਾਅਦਿਆਂ ਤੋਂ ਵੀ ਭੱਜਦੀ ਆ ਸੋ ਉਹਦੇ ਰੋਸ ਵਜੋਂ ਅੱਜ ਪੂਰੇ ਪੰਜਾਬ ਦੇ ਵਿੱਚ ਠੇਕਾ ਮੁਲਾਜ਼ਮਾਂ ਦਾ ਸੰਘਰਸ਼ ਸੀ ਜਿਹੜਾ ਉਹ ਹੋਇਆ ਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਤਿੱਖੇ ਪੱਧਰ ਤੇ ਜਿਹੜੀ ਸਾਡੀ ਮੀਟਿੰਗ ਦਿੱਤੀ ਹੈ ਸਰਕਾਰ ਨੇ ਹੁਣ ਯਾਨੀ 12 ਤਰੀਕ ਨੂੰ 12ਵੇਂ ਮਹੀਨੇ 'ਚ 14 ਤਰੀਕ ਨੂੰ ਉਹ ਵੀ ਦੇਖੋ ਕਰਦੀ ਹੈ ਕਿ ਨਹੀਂ ਕਰਦੀ ਪਰ ਅਸੀਂ ਸਰਕਾਰ ਨਾਲ ਸੰਘਰਸ਼ ਜ਼ਰੂਰ ਕਰਾਂਗੇ ਹੁਣ ਤਿੱਖੇ ਆ ਜਿਹੜੇ ਉਹਦੇ ਹੀ ਅਸੀਂ ਰੂਪ ਰੇਖਾ ਤਿਆਰੀ ਕਰਾਂਗੇ 24 ਤਰੀਕ ਦੀ ਸਾਡੀ ਠੇਕਾ ਮੁਲਾਜ਼ਮ ਮੋਰਚੇ ਦੀ ਪਟਿਆਲੇ ਮੀਟਿੰਗ ਆ ਉਹਦੇ ਵਿੱਚ ਤਿੱਖੇ ਐਕਸ਼ਨ ਆ ਜਿਹੜੇ ਆਉਣੇ ਆਗੇ ਫਿਰ ਉਹ ਚਾਹੇ ਐਮਐਲਏ ਦੇ ਹੋਰ ਦੁਆਰੇ ਸੰਘਰਸ਼ ਹੋਣ ਚਾਹੇ ਮੁੱਖ ਮੰਤਰੀ ਦੇ ਖਿਲਾਫ ਹੋਵੇ ਚਾਹੇ ਪੰਜਾਬ ਸਰਕਾਰ ਦੇ ਖਿਲਾਫ ਹੋਵੇ ਜ਼ਰੂਰ ਅਸੀਂ ਤਨਦੇਹੀ ਨਾਲ ਤਿੱਖੇ ਸੰਘਰਸ਼ ਦੇ ਰੂਪ 'ਚ ਕਰਾਂਗੇ।